ਅਸੀਂ ਪੁਤਲੇ ਹਾਂ ਬਸ ਮਿੱਟੀ ਦੇ, ਕੋਈ ਕਾਲੀ ਦੇ ਕੋਈ ਚਿੱਟੀ ਦੇ। ਤੋ ਇੱਕ ਗੱਲ ਕਰ ਰਿਹਾ, ਮਹਾਂਪੁਰਸ਼ ਸਟੇਜ ਤੇ ਬੈਠੇ ਨੇ ਕਿ ਦਾਤਾਂ ਦਿੱਤੀਆਂ ਦਾਤੇ ਨੇ ਅਸਾਂ ਤਾਈਂ, ਆ ਦੁਨਿਆਵੀ ਦਾਤਾਂ, ਦਾਤਾਂ ਦਿੱਤੀਆਂ ਦਾਤੇ ਨੇ ਅਸਾਂ ਤਾਈਂ, ਇਹ ਸਭ ਦਾਤੇ ਦੀਆਂ ਜ਼ਹਰਾ ਨਿਸ਼ਾਨੀਆਂ ਨੇ, ਪਰ ਦਾਤਾ ਭੁੱਲ ਕੇ ਦਾਤਾਂ ਨਾਲ ਮੋਹ ਪਾਇਆ, ਭਾਵੇਂ ਪਤਾ ਕਿ ਇਹ ਬਿਗਾਨੀਆਂ ਨੇ, ਕਿ ਦਾਤਾਂ ਦਿੱਤੀਆਂ ਦਾਤੇ ਨੇ ਅਸਾਂ ਤਾਈਂ, ਆ ਸਭ ਦਾਤੇ ਦੀਆਂ ਜ਼ਹਰਾ ਨਿਸ਼ਾਨੀਆਂ ਨੇ, ਪਰ ਦਾਤਾ ਭੁੱਲ ਕੇ ਦਾਤਾਂ ਨਾਲ ਮੋਹ ਪਾਇਆ, ਭਾਵੇਂ ਪਤਾ ਕਿ ਇਹ ਬਿਗਾਨੀਆਂ ਨੇ, ਪਲਾਂ ਵਿੱਚ ਹੀ ਵਾਪਸ ਵੀ ਲੈ ਸਕਦਾ, ਇੱਕ ਭੀ ਨਾ ਦੇ ਦਸ ਭੀ ਹਿਰਲੇ, ਪਲਾਂ ਵਿੱਚ ਹੀ ਵਾਪਸ ਵੀ ਲੈ ਸਕਦਾ, ਸਮਝੋ ਲਾਭ ਦੀ ਥਾਂ ਫਿਰ ਹਾਨੀਆਂ ਨੇ। ਦਾਤਾਂ ਮਾਣੋ ਪਰ ਦਾਤਾਂ ਵੀ ਯਾਦ ਰੱਖੋ, ਇਹ ਸਭ ਦਾਤੇ ਦੀਆਂ ਮਿਹਰਬਾਨੀਆਂ ਨੇ। ਸੁਰਤੀ ਬਿਰਤੀ ਇਕਾਗਰ ਕਰਕੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਤੇ ਉਹਨਾਂ ਦੇ ਜੀਵਨ ਦੇ ਦਰਸ਼ਨ ਕਰਿਓ, ਕਿ ਦਸਮ ਪਿਤਾ ਦਾ ਜਿੱਥੇ ਪ੍ਰਕਾਸ਼ ਹੋਇਆ, ਇਹ ਉਹ ਪਾਵਨ ਅਸਥਾਨ ਗੁਰ ਖਾਲਸਾ ਜੀ, ਦਸਮ ਪਿਤਾ ਦਾ ਜਿੱਥੇ ਪ੍ਰਕਾਸ਼ ਹੋਇਆ, ਇਹ ਉਹ ਪਾਵਨ ਅਸਥਾਨ ਗੁਰ ਖਾਲਸਾ ਜੀ, ਚੋਜੀ ਪ੍ਰੀਤਮ ਨੇ ਚੋਜ ਰਚਾਏ ਜਿੱਥੇ, ਇਹ ਉਹ ਧਰਤ ਮਹਾਨ ਗੁਰ ਖਾਲਸਾ ਜੀ, ਤਖਤ ਸ੍ਰੀ ਹਰਿਮੰਦਰ ਜੀ ਸੋਭ ਰਹੇ ਨੇ, ਸਾਡੀ ਜਿੰਦ ਤੇ ਜਾਨ ਗੁਰ ਖਾਲਸਾ ਜੀ, ਮਨਾਰੇ 357 ਪਾਵਨ ਪ੍ਰਕਾਸ਼ ਉਤਸਵ ਤੇ ਸੋਹਣਾ ਸਜਿਆ ਦੀਵਾਨ ਗੁਰ ਖਾਲਸਾ ਜੀ, ਪੰਥਕ ਕਵੀ ਕਵਿਤਾਵਾਂ ਸੁਣਾ ਰਹੇ ਨੇ, ਸੁਣਿਓ ਨਾਲ ਧਿਆਨ ਗੁਰ ਖਾਲਸਾ ਜੀ, ਜਕਾਰੇ ਗੂੰਜਣ ਤੇ ਇਹਨਾਂ ਦੀ ਗੂੰਜ ਕਾਰਨ ਗੂੰਜੇ ਧਰਤੀ ਅਸਮਾਨ ਗੁਰ ਖਾਲਸਾ ਜੀ। ਤੋ ਮਾਤਾ ਗੁਜਰੀ ਨੇ ਪਾਵਨ ਇਸ ਧਰਤੀ ਉੱਤੇ ਬੜੇ ਲਾਡ ਲੜਾਏ ਸਨ ਲਾਲ ਤਾਈ, ਉਹ ਜਿਹੜਾ ਤੱਕਦਾ ਤੱਕਦਾ ਹੀ ਰਹਿ ਜਾਂਦਾ ਨਵੇਂ ਗੁਰਾਂ ਦੇ ਨਾਂ ਨਿਹਾਲ ਤਾਈ। ਤੇ ਪਟਨੇ ਵਿੱਚ ਤਾਂ ਰੌਣਕਾਂ ਲੱਗੀਆਂ ਸੀ, ਆ ਪਟਨੇ ਵਿੱਚ ਤਾਂ ਰੌਣਕਾਂ ਲੱਗੀਆਂ ਸੀ, ਪੈਦਾ ਨੂਰ ਦੇ ਘਰ ਹੈ, ਨੂਰ ਹੋਇਆ ਕਰਨ ਲਈ ਗੁਰੂ ਨਾਨਕ ਦਾ ਮਿਸ਼ਨ ਪੂਰਾ, ਆਪ ਜੱਗ ਵਿੱਚ ਹਾਜ਼ਰ ਹਜ਼ੂਰ ਹੋਇਆ, ਲੜ ਲਾਉਣ ਲਈ ਇੱਕ ਪਰਮਾਤਮਾ ਦੇ, ਗੁਜਰੀ ਕੁੱਖ ਦਾ ਇਹ ਕੋਹਿਨੂਰ ਹੋਇਆ, ਤੇ ਸੰਤ ਸਿਪਾਹੀ ਦਾ ਪੂਰਨ ਸਰੂਪ ਦੇ ਕੇ ਰੱਬ ਭੇਜਣ ਲਈ ਆਪ ਮਜਬੂਰ ਹੋਇਆ। ਸੰਤ ਸਿਪਾਹੀ ਦਾ ਪੂਰਨ ਸਰੂਪ ਦੇ ਕੇ
ਕੇ ਜਲ ਲਈ ਆਪ ਮਜਬੂਰ ਹੋਇਆ ਇੱਕ ਹੋਰ ਦਰਸ਼ਨ ਕਰਿਓ ਕਿ ਵੇਖੇ ਸਮੇਂ ਅਣਗਿਣਤ ਇਨਸਾਨ ਇੱਥੇ ਤੇ ਜ਼ਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ ਓਏ ਅੱਖਾਂ ਗਈਆਂ ਚ ਇਤਿਹਾਸ ਸੰਸਾਰ ਦੀਆਂ ਪਟਨਾ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ ਵੇਖੇ ਸਮੇਂ ਅਣਗਿਣਤ ਇਨਸਾਨ ਇੱਥੇ ਤੇ ਜ਼ਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ ਅੱਖਾਂ ਗਈਆਂ ਚੁੰਦੇ ਆ ਸੰਸਾਰ ਦੀਆਂ ਆ ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ ਆਇਆ ਅੱਲਾ ਦਾ ਰੂਪ ਏ ਜੱਗ ਅੰਦਰ ਭੀਖਣ ਸ਼ਾਹ ਨੂੰ ਉਦੋਂ ਵਿਸ਼ਵਾਸ ਹੋਇਆ ਓਏ ਇਸ ਜਗਤ ਤਮਾਸ਼ੇ ਨੂੰ ਵੇਖਣ ਲਈ ਪ੍ਰਗਟ ਮਰਦੇ ਅਗੰਬੜਾ ਖਾਸ ਹੋਇਆ ਤੋ ਕੇਸ ਗੜ ਤੇ ਬਖਸ਼ ਕੇ ਦਾਤ ਅੰਮ੍ਰਿਤ ਕੇਸ ਗੜ ਤੇ ਬਖਸ਼ ਕੇ ਦਾਤ ਅੰਮ੍ਰਿਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਤੇ ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸਾ ਤੋਂ ਖਾਣ ਦਾਨ ਲੁਟਾਇਆ ਸੀ ਪਾਤਸ਼ਾਹ ਨੇ ਉਹ ਜੋ ਕੁਝ ਕੋਈ ਨੀ ਦੁਨੀਆਂ ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ ਖਾਲਸਾ ਜੀ ਪਾਵਨ ਅੰਮ੍ਰਿਤ ਦੀ ਬਖਸ਼ ਕੇ ਦਾਤ ਦਾਤੇ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ ਦਸਮ ਪਿਤਾ ਨੇ ਵਾਰ ਪਰਵਾਰ ਸਾਰਾ ਆ ਸਿੱਖੀ ਮਹਿਲ ਦੀਆਂ ਨੀਹਾਂ ਉਸਾਰੀਆਂ ਨੇ ਆਪਣੇ ਜਨਮ ਤੋਂ ਲੈ ਕੇ ਖਾਲਸੇ ਨੇ ਹਰ ਮੈਦਾਨ ਅੰਦਰ ਮੱਲਾਂ ਮਾਰੀਆਂ ਨੇ ਓਏ ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਦਰਸ਼ਨ ਕਰਿਓ ਪਾਤਸ਼ਾਹ ਦੇ ਕਿ ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹ ਬਾਈ ਧਾਰਾਂ ਦੇ ਛੱਕੇ ਛੁੜਾ ਦਿੱਤੇ ਤੇਰੇ ਤੀਰ ਜੋ ਚੱਲੇ ਕਮਾਨ ਵਿੱਚੋਂ ਦੁਸ਼ਮਣ ਵਾਂਗ ਕਮਾਨ ਲਿਫਾ ਦਿੱਤੇ ਬਾਜਾਂ ਵਾਲਿਆ ਬਾਜ ਦੀ ਬਾਜ ਅੱਖ ਨੇ ਬਾਜ ਆਉਣ ਲਈ ਸਬਕ ਸਿਖਾ ਦਿੱਤੇ ਉਹ ਤੇਰੇ ਨੀਲੇ ਫੁਰਤੀਲੇ ਦੀਆਂ ਫੁਰਤੀਆਂ ਨੇ ਰੰਗ ਵਿਆਰੀਆਂ ਦੇ ਨੀਲੇ ਪਾ ਦਿੱਤੇ ਤੇਰੇ ਨੀਲੇ ਫੁਰਤੀਲੇ ਦੀਆਂ ਫੁਰਤੀਆਂ ਨੇ ਰੰਗ ਵੈਰੀਆਂ ਦੇ ਨੀਲੇ ਪਾ ਦਿੱਤੇ ਦਰਸ਼ਨ ਕਰਿਓ ਦਸਮ ਪਿਤਾ ਦੇ ਕਿ ਉੱਚੀ ਮਮਟੀ ਤੋਂ ਬੈਠ ਕੇ ਗੁਰਾਂ ਜਿੱਦਾਂ ਉੱਚੀ ਮਮਟੀ ਤੋਂ ਵੇਖਿਆ ਗੁਰਾਂ ਜਿੱਦਾਂ ਉਹ ਕਿਸੇ ਜੰਗ ਚਮਕੌਰ ਦਾ ਵੇਖਿਆ ਨਾ ਹੱਲਾ ਤੀਰਾਂ ਦੀ ਵਾਛੜ ਨਾਲ ਜਿਵੇਂ ਕੀਤਾ ਹੱਲਾ ਬੋਲ ਦਾ ਜ਼ੋਰ ਦਾ ਵੇਖਿਆ ਨਾ ਓਏ ਆਪਣੇ ਪੁੱਤਾਂ ਨੂੰ ਜੰਗੇ ਮੈਦਾਨ ਵੱਲੇ ਏਦਾਂ ਕੋਈ ਵੀ ਤੋੜਦਾ ਵੇਖਿਆ ਨਾ ਉਹ ਜੈਸਾ ਜਿਗਰਾ ਸੀ ਗੁਰੂ ਦਸ਼ਮੇਸ਼ ਜੀ ਦਾ ਜਿਗਰਾ
ਕੇ ਸਾਰੀ ਦੁਨੀਆ ਚ ਐਵੇਂ ਨੀ ਕਹਿੰਦੇ ਦੂਰੋਂ ਹੀ ਆ ਸਰਦਾਰ ਆਉਂਦਾ। ਛੋਟੇ ਸਾਹਿਬਜ਼ਾਦਿਆਂ ਦੇ ਸਿਰ ਉੱਚੇ ਰਹੇ ਨੇ ਤਾਂ ਤੁਹਾਡੇ ਸਿਰ ਉੱਚੇ ਨੇ। ਇੱਕ ਬੰਦ ਕਹਿ ਰਿਹਾ ਵੀਰ ਇੰਦਰਜੀਤ ਸਿੰਘ ਜੀ ਕਿ ਬੜੀ ਸਕੀਮ ਬਣਾਈ ਕਿ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਤਾਕੀ ਵੱਲ ਦੀ ਲਿਆਂਦਾ ਜਾਵੇ, ਬੂਹੇ ਵੱਲ ਦੀ ਨਾ ਲਿਆਂਦਾ ਜਾਵੇ ਤਾਂ ਕਿ ਇਹਨਾਂ ਦਾ ਸਿਰ ਝੁਕ ਜਾਏ ਤੇ ਅਸੀਂ ਇਹ ਕਹਿ ਦਈਏ ਕਿ ਇਹਨਾਂ ਨੇ ਈਨ ਮੰਨ ਲਈ ਹੈ। ਦਰਸ਼ਨ ਕਰਿਓ ਕਿ ਸੂਬੇ ਸਾਹਮਣੇ ਕਰਨ ਲਈ ਪੇਸ਼ ਦੋਵੇਂ ਤਾਰੀ ਸਾਹਿਬ, ਸੂਬੇ ਸਾਹਮਣੇ ਕਰਨ ਲਈ ਪੇਸ਼ ਦੋਵੇਂ ਦੁਸ਼ਟ ਲਿਆਏ ਹੈ ਸਨ। ਪਹਿਲਾਂ ਸਿਰ ਲੰਘਾਉਣਾ ਏ ਤੁਸੀਂ ਬੱਚਿਓ, ਪੱਕੀ ਤਰ੍ਹਾਂ ਇਹ ਪੱਕ ਪਕਾਏ ਹੈ ਸਨ ਸਾਹਿਬਜ਼ਾਦਿਆਂ। ਸਿਰ ਲੰਘਾਉਣ ਦੀ ਥਾਂ ਪਹਿਲਾਂ ਆਪਣੇ ਪੈਰ ਲੰਘਾਏ ਹੈ ਸਨ, ਉਹ ਸਿਰ ਝੁਕਾਉਣ ਦੀ ਥਾਂ ਸਿਰ ਕਰ ਉੱਚਾ ਉੱਚੀ ਉੱਚੀ ਚਕਾਰੇ ਗਜਾਏ ਹੈ ਸਨ। ਹੁਕਮ ਹੋਇਆ ਤਾਂ ਤੇ ਬੀਬੀ ਉਹ ਦਰਸ਼ਨ ਕਰਿਓ। ਚੌਥੀ ਲਾਈਨ ਤੇ ਕੋਈ ਐਸਾ ਮੁਖਾਰ ਬਿੰਦ ਨਾ ਰਹਿ ਜਾਵੇ ਜਿਹੜਾ ਮਾਤਾ ਗੁਰਜੀ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਜਕਾਰਾ ਨਾ ਗਜਾਵੇ ਜਾਂ ਹੁੰਗਾਰਾ ਨਾ ਦੇਵੇ। ਦਰਸ਼ਨ ਕਰਿਓ ਕਿ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ। ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਆ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ। ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ, ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ। ਜਿਹੋ ਜਿਹੀ ਸੀ ਗੁਰੂ ਦਸ਼ਮੇਸ਼ ਜੀ ਤੇ ਇਹੋ ਜਿਹੀ ਨਹੀਂ ਕਿਸੇ ਤੇ ਛਾਂ ਹੋਣੀ। ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਿਹੀ ਨਹੀਂ ਕਿਸੇ ਦੀ ਮਾਂ ਹੋਣੀ। ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਿਹੀ ਨਹੀਂ ਕਿਸੇ ਦੀ ਮਾਂ।